ਹੁਣ ਤੇ ਮਣਾ ਵੇਲਾ ਬਹਿ ਬਹਿ ਕੇ ਅੱਕ ਗਿਆ ਵਾਂ। ਇੱਦਾਂ ਕਿੰਨਾ ਕੁ ਚਿਰ ਵੇਲਾ ਬੈਠਾ ਰਹੂੰਗਾ? ਮੈਨੂੰ ਨਹੀਂ ਲੱਗਦਾ ਕਿ ਮੇਰੀ ਕੰਪਨੀ ਵਾਲੇ ਮੈਨੂੰ ਫੋਨ ਕਰਨਗੇ, ਕਿਉਂਕਿ ਜੇ ਕੰਮ ਚੱਲਿਆ ਹੁੰਦਾ ਤਾਂ ਉਹਨਾਂ ਨੇ ਫੋਨ ਕਰਕੇ ਸੱਦ ਹੀ ਲੈਣਾ ਸੀ। ਮੈਨੂੰ ਨਹੀਂ ਲੱਗਦਾ ਹੁਣ ਕੋਈ ਗੱਲ ਬਣਨੀ ਬਾਹਰ ਦੀ। ਚੱਲ ਉੱਠ ਮਣਾ, ਕੋਈ ਹੋਰ ਕੰਮ ਕਰ ਵੇਖ। ਵੀਰ ਚੱਲਿਆ ਕਿਤੇ? ਆਹੋ ਬੰਬੀ ਵੱਲ ਨੂੰ ਚੱਲਿਆ, ਜਰਾ ਪਾਣੀ ਛੱਡਿਆ ਵਾ ਬਾਣ 'ਚ। ਮੈਂ ਵੀ ਆਵਾਂ ਨਾਲ। ਵਿਹਲਾ ਤੂੰ ਵੀ ਚੱਲ ਪਾ ਨਾਲ, ਜੇ ਨਹੀਂ ਤੈਨੂੰ ਕੰਮ ਹੈਗਾ ਘਰ ਕੋਈ ਤੇ। ਕੰਮ ਕਿਹੜਾ, ਮੈਂ ਤਾਂ ਵਿਹਲਾ ਬਹਿ ਬਹਿ ਕੇ ਅੱਕ ਗਿਆ ਵਾਂ। ਚੱਲ ਚੱਲਦੇ ਆ, ਨਾਲੇ ਗਰਮੀ ਬੜੀ ਆ, ਘੜੀ ਨਹਾ ਕੇ ਆਉਂਦੇ ਹਾਂ ਇਸ ਬੱਚੇ 'ਚ। ਚੱਲ ਚਲੇ ਜਾਂਦੇ ਹਾਂ। ਤਾਂ ਮੈਨੂੰ ਇਹ ਦੱਸ, ਤੈਨੂੰ ਕਿੰਨੇ ਦਿਨ ਹੋ ਗਿਆ ਇਹਨੂੰ, ਤੂੰ ਵਾਪਸ ਨਹੀਂ ਜਾਣਾ ਹੁਣ? ਵਾਪਸ ਮੈਂ ਤਾਂ ਜਾਣਾ ਹੈਗਾ ਆ, ਪਰ ਹੁਣ ਜੇ ਕੰਪਨੀ ਵਾਲੇ ਸੱਦਣ ਤਾਂ ਫਿਰ ਹੀ ਜਾਵਾਂ। ਮੈਨੂੰ ਲੱਗਦਾ ਕਿ ਕੰਪਨੀ 'ਚ ਕੰਮ ਚੱਲਣਾ ਨਹੀਂ ਤਾਂ ਉਹਨਾਂ ਨੇ ਮੈਨੂੰ ਸੱਦਣਾ ਨਹੀਂ। ਹੋਰ ਕਿਤੇ ਟਰਾਈ ਕਰਕੇ ਵੇਖ ਲੈਣਾ ਸੀ, ਹੋਰ ਕਿਹਨੂੰ ਪੁੱਛ ਲੈਣਾ ਸੀ? ਵੀਰ ਹੁਣ ਤਾਂ ਡਰ ਹੀ ਲੱਗਦਾ ਮੈਨੂੰ, ਕਿੱਥੇ ਟਰਾਈ ਕਰਾਂ? ਜੇ ਗਾਂਹ ਵੀ ਇੱਦਾਂ ਦੀ ਕੰਪਨੀ ਮਿਲ ਗਈ, ਖੱਜਲ ਖਰਾਬ ਹੋਣ ਵਾਲੇ ਕੰਮ ਹੋਣਾ ਤਾਂ ਨਾਲੇ ਪੈਸੇ ਖਰਾਬ ਹੋਣੇ ਆ। ਇੱਦਾਂ ਕਰੀਏ, ਆਪਾਂ ਆਪਣੇ ਇੱਥੇ ਦਾ ਕੰਮ ਸ਼ੁਰੂ ਕਰੀਏ, ਕੋਈ ਪਹਿਲਾਂ ਵੀ ਕਰਦੇ ਰਹੇ ਹਾਂ। ਚੱਲ ਵੇਖ ਲੈਂਦੇ ਹਾਂ, ਐਕਸਪੀਰੀਅੰਸ ਤਾਂ ਹੈਗਾ ਹੀ ਆਪਾਂ ਨੂੰ ਪਹਿਲੇ ਵਾਲੇ ਕੰਮ ਦਾ। ਆਹੋ ਅਤੇ ਜੇ ਕਰ ਲਈਏ ਤਾਂ ਵਧੀਆ ਗੱਲ ਹੀ ਆ। ਹੁਣ ਮੈਂ ਤਾਂ ਆਪ ਆਸਮੀਤ ਹੱਟਦੀ ਜਾਣ ਡੀ ਆ ਬਾਹਰੋਂ। ਇੱਦਾਂ ਕਰਦੇ ਹਾਂ, ਆਪਾਂ ਇੱਥੇ ਕੰਮ ਸ਼ੁਰੂ ਕਰਦੇ ਹਾਂ। ਮੇਰੇ ਵੱਲੋਂ ਤਾਂ ਪੂਰੀ ਹਾਂ ਵਾ, ਤੂੰ ਪ੍ਰੀਤੀ ਨਾਲ ਗੱਲ ਕਰ ਲਾ, ਉਹਨਾਂ ਸਲਾਹ ਕਰ ਲਾ ਇੱਕ ਵਾਰੀ। ਕਿਹੋ ਜਿਹੀਆਂ ਭੋਲੀਆਂ ਗੱਲਾਂ ਕਰਦਿਆਂ ਵੀਰ, ਉਹਦੇ ਨਾਲ ਸਲਾਹ ਕਰ ਲਾ। ਦੱਸ ਉਹਨੇ ਮੇਰੀ ਸਲਾਹ ਨਾ ਕੀਤਾ ਸੀ ਕੰਮ? ਚੰਗਾ ਭਲਾ ਪਤਾ ਵੀ ਹੈਗਾ ਤੈਨੂੰ ਕਿੱਦਾਂ ਦਾ ਦਿਮਾਗ ਆ ਉਹਦਾ। ਅਜੇ ਵੀ ਮੈਂ ਉਹਦੀਆਂ ਸਲਾਹਾਂ ਲਵਾਂ? ਹੁਣ ਮੈਂ ਉਹਦੀ ਕੋਈ ਸਲਾਹ ਨਹੀਂ ਲੈਣੀ ਹੈਗੀ। ਜਿਹੜਾ ਵੀ ਕੰਮ ਕਰਨਾ ਨਾ, ਮੈਂ ਆਪਣੀ ਮਰਜ਼ੀ ਨਾਲ ਅਤੇ ਸਮਝਦਾਰੀ ਨਾਲ ਕਰਨਾ ਆ, ਉਹਦੀ ਸਲਾਹ ਲੈ ਲਾ ਇੱਥੇ। ਮੇਰੀ ਅਤੇ ਵਿੱਕੀ ਦੀ ਲੜਾਈ ਨੂੰ 1 ਮਹੀਨੇ ਤੋਂ ਉੱਪਰ ਟਾਈਮ ਹੋ ਗਿਆ, ਵਿੱਕੀ ਨੇ ਤਾਂ ਮੈਨੂੰ ਬੁਲਾਉਣਾ ਹੀ ਛੱਡਿਆ ਆ। ਬੁਲਾਉਣਾ ਛੱਡਿਆ, ਮੇਰੇ ਵੱਲ ਵੇਖਣਾ ਵੀ ਪਸੰਦ ਨਹੀਂ ਕਰਦੇ। ਸਾਡੇ ਵਿੱਚ ਤਾਂ ਦੂਰੀਆਂ ਵੱਧਦੀਆਂ ਹੀ ਜਾਣ ਡੀਆਂ ਵਾ। ਕੀ ਫਾਇਦਾ ਇਹੋ ਜਿਹੀ ਜ਼ਿੰਦਗੀ ਦਾ ਜਦੋਂ ਕੋਈ ਆਪਣਾ ਸਾਹਮਣੇ ਹੋ ਕੇ ਵੀ ਨਜ਼ਰ ਅੰਦਾਜ਼ ਕਰੀ ਜਾਵੇ। ਮੈਨੂੰ ਤਾਂ ਹੁਣ ਪਤਾ ਲੱਗਾ ਕਿ ਆਪਣੇ ਤੋਂ ਦੂਰ ਹੋਣ ਦਾ ਦੁੱਖ ਕੀ ਹੁੰਦਾ ਵਾ। ਪਰ ਇਹਦੇ ਵਿੱਚ ਗਲਤੀ ਤਾਂ ਫਰੀਦ ਕੋਲ ਸਾਰੀ ਤੇਰੀ ਆ ਨਾ। ਤੂੰ ਬੋਲਣ ਵਾਲੀ ਵੀ ਅੱਤ ਕਰ ਛੜੀ ਆ, ਇੱਕ ਜੀ ਨੂੰ ਨਹੀਂ ਸਾਰਿਆਂ ਨੂੰ। ਗੁੱਸਾ ਤਾਂ ਫਿਰ ਉਹਨਾਂ ਦਾ ਜਾਇਜ਼ ਹੀ ਆ ਨਾ। ਹੁਣ ਤਾਂ ਭਾਵੇਂ ਤੂੰ ਸੋਨੇ ਦੀ ਵੀ ਬਣ ਕੇ ਇਹਨਾਂ ਨੂੰ ਵਿਖਾ ਦੇ ਨਾ, ਤਾਂ ਵੀ ਨਹੀਂ ਕਿਸੇ ਨੇ ਤੇਤੇ ਉੱਤੇ ਵਾਰ ਕਰਨਾ। ਚੱਲ ਫਿਰ ਕੀ ਆ, ਅੱਗੇ ਨੂੰ ਬੜਾ ਸੁਭਾਅ ਦਾ ਉਹਦਾ ਫਰਕ ਪੈ ਗਿਆ ਵਾ, ਅਤੇ ਜਾ ਇੱਕ ਵਾਰੀ ਗੱਲ ਕਰਨਾ ਬਣਦਾ ਉਹਨਾਂ ਨਾਲ। ਕੋਈ ਸੁਭਾਅ 'ਚ ਉਹਦੇ ਫਰਕ ਨਹੀਂ ਪਿਆ ਹੈਗਾ, ਸਿਰਫ ਗੋਂਗਲੂਆਂ ਤੋਂ ਮਿੱਟੀ ਝਾੜਨ ਡੀ ਆ, ਚੰਗੇ ਬੰਦਾ ਨਾਟਕ ਕਰਨ ਡੀ ਆ ਉਹ। ਤੈਨੂੰ ਨਹੀਂ ਪਤਾ, ਅੱਜ ਉਹਦੇ ਨਾਲ ਮੈਂ ਸੁਲਾਹ ਕਰ ਲਾਂ ਨਾ, ਜਿਹੋ ਜਿਹੇ ਪਹਿਲੇ ਲੱਛਣ ਸੀ ਨਾ ਉਹਦੇ, ਨਾ ਉਹ ਲੱਛਣ ਫਿਰ ਫੜੂਗੀ ਨਾ ਤਾਂ ਮੇਰਾ ਨਾਂ ਵਟਾ ਦੀ। ਤੂੰ ਵੀ ਇੱਥੇ ਤਾਂ ਮੈਂ ਵੀ ਇੱਥੇ। ਚੱਲ ਛੱਡ ਯਾਰ ਪੁਰਾਣੀਆਂ ਗੱਲਾਂ ਨਾ ਸੋ, ਫਿਰ ਐਵੇਂ ਸੁਣ ਲੂਗੀ ਅਤੇ ਫਿਰ ਕੋਈ ਨਾ ਕੋਈ ਗੱਲ ਨਿਕਲ ਆਉਂਦੀ ਹੈ। ਸੁਣ ਲੈ, ਆਪਾਂ ਤਾਂ ਗਵਾਉਣਾ ਬੁਲਾਉਣਾ ਛੱਡਿਆ ਵਾ, ਆਪਾਂ ਨਾ ਉਹਦੇ ਨੂੰ ਬੋਲਣਾ ਅਤੇ ਨਾ ਹੰਗਾਰਾ ਦੇਣਾ ਉਹਦੀ ਗੱਲ ਦਾ, ਤਾਂ ਲੜਾਈ ਹੋਣੀ ਨਹੀਂ। ਵੇਖ ਲੈ 1 ਮਹੀਨਾ ਹੋ ਗਿਆ ਨਹੀਂ ਨਾ ਕੋਈ ਬੋਲੀ ਦਾ, ਤਾਂ ਕੋਈ ਗੱਲਬਾਤ ਹੋਣ ਡੀ ਹੈ ਘਰ ਦੇ ਵਿੱਚ? ਨਹੀਂ ਯਾਰ, ਇੱਦਾਂ ਕਿੰਨਾ ਕੁ ਚਿਰ ਚੁੱਪ ਰਹਿ ਰਿਹਾ ਸਰਨਾ ਤੁਹਾਡਾ? ਵੇਖਦੇ ਹਾਂ, ਜਿੰਨਾ ਚਿਰ ਚੰਗਾ ਲੰਘੂਗਾ ਉਨਾ ਚਿਰ ਚੁੱਪ ਰਹਿ ਕੇ ਕੱਢਾਂਗੇ, ਹੋਰ ਕੀ ਕਰਨਾ। ਚੱਲ ਆ ਚੱਲੀਏ ਫਿਰ। ਚੱਲ ਚੱਲਦੇ ਹਾਂ।
ਜੀਤਾ ਹਾਂ ਜੀ ਅਸੀਂ ਚਲੇ ਬੰਬੀ ਵਾਲ ਨੂੰ ਜਰਾ ਤੇ ਤੁਸੀਂ ਰੋਟੀ ਨਹੀਂ ਸਵੇਰ ਦੀ ਖਾਧੀ ਰੋਟੀ ਖਾ ਲੈਂਦੇ ਰੋਟੀ ਆਣ ਕੇ ਖਾਵਾਂਗੇ ਅਜੇ ਭੁੱਖ ਨਹੀਂ ਹੈ ਤੇ ਫਿਰ ਇੰਜ ਕਰਿਓ ਵੀ ਮੈਂ ਨਾ ਵਿਹਲੀ ਵੁਹਲੀ ਹੋ ਕੇ ਚੱਲ ਜਾਣਾ ਉੱਧਰ ਸੰਦੀਪ ਦੀਦੀ ਵੱਲ ਤੇ ਫਿਰ ਜਦੋਂ ਆ ਜਾਓਗੇ ਤਾਂ ਮੈਨੂੰ ਫੋਨ ਕਰ ਦਿਓ ਮੈਂ ਆ ਜਾਵਾਂਗੀ ਫੋਨ ਤਾਂ ਤੈਨੂੰ ਕਰ ਲਾਂਗੇ ਨਾਲੇ ਮੈਨੂੰ ਤੇਰਾ ਅੱਗੇ ਪਤਾ ਵਾ ਫਿਰ ਉੱਧਰ ਜਾ ਕੇ ਜੀ ਲੱਗਣਾ ਵਾ ਆਹੋ ਤੇ ਮੈਂ ਹੋਰ ਇੱਥੇ ਇਕੱਲੀ ਨੇ ਕੀ ਕਰਨਾ ਵਾ ਬੈਗ ਉਹ ਕੋਈ ਗੱਲ ਨਹੀਂ ਚੱਲ ਜਿਓ ਤੁਸੀਂ ਭਾਬੀ ਉੱਧਰ ਮੈਂ ਕਰ ਦੂੰਗਾ ਆਪੇ ਫੋਨ ਆ ਕੇ ਨਾਲੇ ਤੁਹਾਨੂੰ ਤਾਂ ਪਤਾ ਹੀ ਆ ਮੈਂ ਕਿਹੜੀ ਪ੍ਰੀਤ ਦੇ ਹੱਥੋਂ ਰੋਟੀ ਖਾਣੀ ਆ ਆ ਵੀਰ ਦਾ ਪਤਾ ਨਹੀਂ ਭਾਵੇਂ ਇਹ ਖਾ ਲੇ ਉਹ ਬੋਝੀਆਂ ਗੱਲਾਂ ਨਾ ਕਰ ਚੁੱਪ ਕਰਕੇ ਤੁਰ ਗਏ ਹੋ ਕੇ ਚੱਲ ਆ ਜਿਓ ਟਾਈਮ ਨਾਲ ਜ਼ਿਆਦਾ ਧੁੱਪ ਨਾ ਚੜਾਇਓ ਹਾਏ ਇਹਨਾਂ ਦੋਵਾਂ ਜਣਿਆਂ ਦੀ ਆਹ ਗੱਲ ਸੁਣ ਕੇ ਮੇਰੇ ਤਾਂ ਹੱਥ ਪੈਰੀ ਕੰਬਣ ਲੱਗ ਪਏ ਆ ਮੈਨੂੰ ਤਾਂ ਲੱਗਦਾ ਸੀ ਕਿ ਚੱਲ ਵਿੱਕੀ ਬਾਹਰ ਚੱਲ ਜਾਣਗੇ ਆੜ ਪਾੜ ਕਰਕੇ ਮੈਂ ਮਾੜੇ ਮੋਟੇ ਪੈਸੇ ਇਕੱਠੇ ਕਰ ਲਵਾਂਗੀ ਅਤੇ ਜੇ ਹੁਣ ਮੇਰੇ ਕੋਲ ਵਿੱਕੀ ਨੇ ਹਿਸਾਬ ਮੰਗਿਆ ਤਾਂ ਮੈਂ ਇੰਨੇ ਪੈਸਿਆਂ ਦਾ ਹਿਸਾਬ ਕਿੱਦਾਂ ਦਊਂਗੀ ਮੇਰੇ ਕੋਲ ਤਾਂ ਇੰਨੇ ਪੈਸੇ ਵੀ ਨਹੀਂ ਹੈਗੇ ਥੋੜ੍ਹੇ ਬਹੁਤੇ ਤਾਂ ਪਾਰਲਰ ਵਿੱਚ ਨੁਕਸਾਨ ਹੋ ਗਿਆ ਕਮੇਟੀਆਂ ਕਮੂਟੀਆਂ ਇਕੱਠੀਆਂ ਹੋਣ ਵਾਲੀਆਂ ਵਾ ਇੱਦਾਂ ਕਰਦੀ ਹਾਂ ਉਹਨੂੰ ਲਾਉਂਦੀ ਹਾਂ ਨਾ ਫੋਨ ਅਤੇ ਨਾਲੇ ਲਾਉਂਦੀ ਹਾਂ ਪੰਮੋ ਨੂੰ ਫੋਨ ਕਿ ਮੈਨੂੰ ਮੇਰੇ ਸਾਰੇ ਪੈਸੇ ਚਾਹੀਦੇ ਆ ਜੇ ਆਹੋ ਜੇ ਵਿੱਕੀ ਨੇ ਮੈਨੂੰ ਪੁੱਛ ਲਿਆ ਪੈਸੇ ਦਊਂਗੀ ਤਾਂ ਫਿਰ ਹੀ ਮੇਰਾ ਬਚਾਅ ਆ ਨਹੀਂ ਤਾਂ ਵਿੱਕੀ ਨੇ ਨਾ ਐਰਕੀ ਤਾਂ ਸੱਚੀ ਮੈਨੂੰ ਮਾਰ ਦੇਣਾ ਵਾ ਅੱਗੇ ਤਾਂ ਚਲੋ ਠੀਕ ਆ ਮੈਨੂੰ ਕੁੱਟ ਦੇ ਰਹੇ ਆ ਇੱਦਾਂ ਕਰਦੀ ਹਾਂ ਫੋਨ ਲਾਉਂਦੀ ਹਾਂ ਕਮੇਟੀਆਂ ਵਾਲੀ ਨੂੰ ਇੱਕ ਪੰਗਾ ਕਰਨਾ ਫੋਨ ਵੀ ਮੈਂ ਐਡਾ ਵੱਡਾ ਲੈ ਲਿਆ ਅਤੇ ਵਿੱਕੀ ਨੇ ਔਖੇ ਹੋਣਾ ਕਿ ਤੂੰ ਇੰਨੇ ਪੈਸੇ ਕਦੋਂ ਖਰਾਬ ਕੀਤੇ ਆ ਆਈਫੋਨ ਦੇ ਚੱਕਰਾਂ 'ਚ ਪੰਗਾ ਖਾਨਾ ਜਿਹਾ ਇੱਕ ਮੁਸੀਬਤ ਮਾੜੀ ਮੋਟੀ ਟਲਦੀ ਆ ਅਤੇ ਦੂਜੀ ਪੈ ਜਾਂਦੀ ਫੇਰ ਮਹਾਰਾਜ ਆ ਹੁਣ ਤਾਂ ਮੈਨੂੰ ਬਚਾਉਣ ਵਾਲਾ ਤੂੰ ਵੀ ਚੁੱਕ ਲਾ ਫੋਨ ਪੰਮੋ ਨੂੰ ਲਾਉਂਦੀ ਆ ਉਹ ਚੁੱਕੂਗੀ ਫੋਨ ਹਾਏ ਰੱਬਾ ਇਹਦਾ ਫੋਨ ਨਹੀਂ ਲੱਗਣ ਡਿਆ ਉਹ ਫੋਨ ਨਹੀਂ ਚੁੱਕਣ ਦੀ ਘਰੋਂ ਮੈਂ ਜਾ ਨਹੀਂ ਸਕਦੀ ਕੀ ਕਰਾਂ ਟੈਨਸ਼ਨ ਜਿਹਦੇ ਨਾਲ ਨਾ ਸਿਰ ਵੀ ਪੀੜ ਹੋਣ ਡਿਆ ਪਿਆ ਮੇਰਾ ਤਾਂ ਹੁਣ ਪਾਣੀ ਪੀ ਕੇ ਆਉਂਦੀ ਹਾਂ ਫਿਰ ਹੀ ਕੁਝ ਸੁੱਝਣਾ ਵਾ ਇੱਦਾਂ ਤਾਂ ਦਿਮਾਗ ਖਰਾਬ ਹੋ ਜਾਣਾ ਦੋਹਰੇ ਲਾਵਾਂ ਫੋਨ ਨਾ ਹੀ ਜਾਣਾ ਪਵੇ ਜਾਣਾ ਵੀ ਕਿਹੜਾ ਸੌਖਾ ਚੋਰੀ ਅੱਗੇ ਵੀ ਬੜਾ ਪੰਗਾ ਪਿਆ ਸੀ ਚੁੱਕਲਾ ਫੋਨ ਹੁਣ ਤਾਂ ਮੇਰੇ ਪੈਸੇ ਵੀ ਬਥੇਰੇ ਉੱਦਾਂ ਬਣੇ ਹੋਣੇ ਉੱਧਰ ਡਬਲ ਬਣੀ ਹੋਣੀ ਰਕਮ ਟੈਨਸ਼ਨ ਤਾਂ ਚੱਲ ਮੈਨੂੰ ਇੰਨੀ ਨਹੀਂ ਹੈਗੀ ਕਿ ਪੈਸੇ ਬਥੇਰੇ ਆ ਇਹ ਵੀ ਪਤਾ ਨਹੀਂ ਕਿਹੜੇ ਖੂਹ 'ਚ ਪੈ ਗਈ ਆ ਜਾ ਕੇ ਕਿਤੇ ਫੋਨ ਨਹੀਂ ਚੁੱਕਣ ਦੀ ਉਦੋਂ ਜਦੋਂ ਕਮੇਟੀਆਂ ਲੈਣੀਆਂ ਹੁੰਦੀਆਂ ਸੀ ਉਦੋਂ ਝੱਟ ਫੋਨ ਚੁੱਕ ਲੈਂਦੀ ਸੀ ਪੰਮੋ ਆ ਉਹਨੂੰ ਪਤਾ ਨਹੀਂ ਕੀ ਦੌਰਾ ਪਿਆ ਵਾ ਉਹਨੂੰ ਵੀ ਨਾ ਇਹ ਨਹੀਂ ਹੈਗਾ ਕਿ ਕਿਤੇ ਮੈਂ ਫੋਨ ਵੇਖਿਆ ਤਾਂ ਇਹਦਾ ਕਿਤੇ ਫੋਨ ਹੀ ਲਾਉਣਾ ਵੀ ਭਾਅ ਜੀ ਦਾ ਨੰਬਰ ਉੱਦਾਂ ਨਹੀਂ ਮੇਰੇ ਕੋਲ ਹੈਗਾ ਜਾਣਾ ਹੀ ਪੈਣਾ ਪ੍ਰੀਤ ਕੋਲ ਇਹ ਤਾਂ ਬੰਬੀ 'ਤੇ ਚੱਲ ਗਏ ਦੋਵੇਂ ਜਾਣੇ ਅਤੇ ਜੀਤਾ ਉੱਧਰ ਸੰਦੀਪ ਦੀਦੀ ਵੱਲ ਗਈ ਆ ਅਤੇ ਬਥੇਰਾ ਟਾਈਮ ਲੱਗ ਜਾਣਾ ਮੈਨੂੰ ਪਤਾ ਵਾ ਇੱਦਾਂ ਕਰ ਛੇਤੀ ਛੇਤੀ ਜਾ ਅਤੇ ਛੇਤੀ ਛੇਤੀ ਆ ਨਾ ਹੋਊਗਾ ਨਾ
ਤੇ ਪੰਮੂ ਦੇ ਮੁੰਡੇ ਨੂੰ ਕਹੂੰਗੀ ਮੈਨੂੰ ਇੱਥੇ ਛੱਡ ਜੇ। ਸੰਦੀਪ। ਹਾਂਜੀ ਮੰਮੀ। ਮੈਨੂੰ ਤਾਂ ਲੱਗਦਾ ਤੇਰੇ ਪੈਰਾਂ ਨੂੰ ਸੋਜ ਪਈ ਆ। ਪੈ ਗਈ ਹੋਣੀ ਮਾੜੀ ਮੋਟੀ। ਬੜਾ ਤੈਨੂੰ ਮੈਂ ਕਹਿੰਦੀ ਆ ਵੀ ਸੰਦੀਪ ਬਹਿ ਜਿਆ ਕਰ, ਪਰ ਤੂੰ ਨਹੀਂ ਬਹਿੰਦੀ, ਤੂੰ ਏਦਾਂ ਹੀ ਤੁਰੀ ਫਿਰਦੀ ਆ। ਆ ਵੇਖਣ ਕਿੰਨੀ ਸੋਜ ਪਈ ਆ। ਉਹ ਮੰਮੀ ਇੰਨੀ ਵੀ ਨਹੀਂ ਪਈ ਆ, ਘੁੱਟਿਆਂ ਫੋਣੇ ਫਰਕ ਪੈ ਜਾਣਾ ਵਾ, ਠੀਕ ਹੋ ਜਾਣਾ ਵਾ। ਚੱਲ ਠੀਕ ਆ, ਮੈਂ ਨਾ ਤੇਲ ਲਿਆਉਣੀ ਮਾਸਾ ਗਰਮ ਕਰਕੇ ਤੇ ਤੇਰੇ ਮਲਦੀ ਆ। ਉਹ ਨਹੀਂ ਮੰਮੀ ਜੀ, ਰਹਿਣ ਦੋ, ਮੰਮੀ ਦਾ ਬਿਨਾ ਕੋਈ ਹਾਲ ਨਹੀਂ ਆ। ਮਾੜੀ ਜੀ ਗੱਲ ਹੋਊਗੀ ਉਸੇ ਵੇਲੇ ਝੱਟ ਟੈਨਸ਼ਨ ਲੈਣ ਲੈ ਪੈਂਦੇ ਆ, ਇੰਨੇ ਕਿਤੇ ਵਾਧੇ ਘਾਟੇ ਚੱਲਦੇ ਰਹਿੰਦੇ ਆ। ਚੱਲ ਕਰ, ਮੈਂ ਮਲਾਂ ਪੈਰ ਨਾਲ ਤੇਲ। ਨਾ ਮੰਮੀ, ਆ ਤੁਸੀਂ ਕਿਹੜਾ ਕੰਮ ਕਰਨ ਲੱਗੇ ਆ? ਮੈਂ ਨਹੀਂ ਆਪਣੇ ਪੈਰਾਂ ਨੂੰ ਤੁਹਾਡੇ ਹੱਥ ਲਵਾਉਣੇ। ਮੈਂ ਤੁਹਾਡੀ ਮਾਲਿਸ਼ ਕਰਨੀ ਆ ਪੈਰਾਂ ਦੀ ਕਿ ਜਾਂ ਤੁਸੀਂ ਕਰਨੀ ਆ? ਚੰਗੇ ਥੋੜੀ ਲੱਗੀਦਾ ਵਾ। ਤੇ ਕੋਈ ਗੱਲ ਨਹੀਂ ਸੰਦੀਪ, ਇਹ ਚ ਕਿਹੜੀ ਗੱਲ ਵਾ? ਜਦੋਂ ਨਹੀਂ ਮੰਮੀ, ਵੱਡਿਆਂ ਦੀ ਸੇਵਾ ਕਰਨੀ ਚਾਹੀਦੀ ਆ। ਮੈਂ ਤੁਹਾਡੇ ਤੋਂ ਛੋਟੀ ਆ, ਮੈਂ ਨਹੀਂ ਤੁਹਾਡੇ ਕੋਲ ਆਪਣੇ ਆ ਪੈਰ ਮਾਲਿਸ਼ ਕਰਾਉਣੇ। ਇਹਦੇ ਚ ਵੱਡੇ ਨਿੱਕੇ ਵਾਲੀ ਕੋਈ ਗੱਲ ਨਹੀਂ ਹੁੰਦੀ। ਜਦੋਂ ਕੋਈ ਨਾ ਠੀਕ ਹੋਵੇ ਨਾ, ਤੇ ਵੱਡਿਆਂ ਦਾ ਵੀ ਫਰਜ਼ ਹੁੰਦਾ ਨਿੱਕਿਆਂ ਦੀ ਸਾਂਭ ਸੰਭਾਲ ਕਰਨ ਦਾ। ਕੋਈ ਗੱਲ ਨਹੀਂ ਆ, ਮੈਂ ਆਪੇ ਕਰ ਲੈਣੀ ਆ। ਆਵੇ ਮੈਨੂੰ ਪਤਾ ਲੱਗਦਾ ਜੇ ਮੈਂ ਮਾਸਾ ਲਾ ਵੀ ਦਊਂਗੀ ਤੇ ਕੀ ਆਖਰ ਆ ਜੂਗੀ, ਫਿਰ ਕੀ ਹੋ ਜੂਗਾ ਉਹਦੇ ਘਰ? ਮੰਮੀ ਮੇਰਾ ਜੀ ਨਹੀਂ ਜੇ ਕਰਦਾ, ਮੈਂ ਨਹੀਂ ਜੇ ਤੁਹਾਡੇ ਹੱਥ ਲਵਾਉਣੇ ਆਪਣੇ ਪੈਰਾਂ ਨੂੰ ਨਾ, ਇੰਨਾ ਭਾਰ ਚੜਾ ਕੇ ਤੂੰ ਕੀ ਕਰਦੀ ਆ? ਨਹੀਂ ਚੱਲ ਠੀਕ ਆ ਭੈਣੇ, ਜੇ ਮੇਰੇ ਹੱਥ ਨਹੀਂ ਲਵਾਉਣੇ ਤਾਂ ਮੈਂ ਜੀਤਾਂ ਨੂੰ ਆਵਾਜ਼ ਮਾਰ ਲਿਆਉਂਦੀ ਹਾਂ, ਉਹਦੇ 'ਤੇ ਹੱਥ ਲਵਾ ਲਏਂਗੀ ਨਾ? ਠੀਕ ਆ ਮੰਮੀ ਜੀ, ਮਾਰ ਲਿਆਓ ਆਵਾਜ਼। ਉੱਦਾਂ ਵੀ ਨਾ, ਜਿੰਨਾ ਚਿਰ ਜੀਤਾਂ ਆਵੇ ਨਾ, ਉਹਨਾਂ ਚਿਰ ਦਿਨ ਦੀ ਗੱਲ ਜੀ ਨਹੀਂ ਬਣਦੀ। ਉੱਦਾਂ ਤਾਂ ਇਸ ਵੇਲੇ ਆ ਜਾਂਦੀ ਹੁੰਦੀ ਆ, ਅੱਜ ਪਤਾ ਨਹੀਂ ਕੀ ਗੱਲ ਆਈ ਨਹੀਂ ਆ। ਨਾਲੇ ਇਸੇ ਬਹਾਨੇ ਮਿਲ ਗਏ ਲਵਾਂਗੇ, ਗੱਲਾਂ ਬਾਤਾਂ ਕਰ ਲਾਂਗੇ। ਤੁਹਾਨੂੰ ਤਾਂ ਪਤਾ ਹੀ ਆ ਸਾਡੇ 'ਚ ਕਿੰਨਾ ਪਿਆਰ ਆ, ਜਿੰਨਾ ਚਿਰ ਇੱਕ ਦੂਜੇ ਨੂੰ ਮਿਲ ਗਿਲ ਨਾ ਲਈਏ, ਉਹਨਾਂ ਚਿਰ ਗੱਲ ਜੀ ਨਹੀਂ ਬਣਦੀ, ਜੀ ਜਿਹਾ ਨਹੀਂ ਲੱਗਦਾ। ਵਾਹਿਗੁਰੂ ਸੁੱਖ ਰੱਖੇ, ਇੱਦਾਂ ਹੀ ਮਾਲਕ ਨਾ ਤੁਹਾਡਾ ਪਿਆਰ ਬਣਾਈ ਰੱਖੇ। ਤਾਂ ਮੈਂ ਜੀ ਤੁਹਾਨੂੰ ਆਵਾਜ਼ ਮਾਰ ਕੇ ਲਿਆਉਂਦੀ ਹਾਂ। ਲਿਆਓ ਲਿਆਓ। ਲੈ ਜੀ, ਸਤਿ ਅੰਮੀ ਜੀ। ਸਤਿ ਸ਼੍ਰੀ ਅਕਾਲ, ਤੇਰੀ ਬੜੀ ਉਮਰ ਲੰਮੀ ਹੋ, ਅਜੇ ਤੈਨੂੰ ਇਹ ਯਾਦ ਹੀ ਕਰਨ ਡਈਆਂ ਹਾਂ। ਸੰਦੀਪ ਆਖਣ ਡਈ ਸੀ ਜੀਤਾਂ ਅੱਜ ਆਈ ਨੀ ਤੇ ਮੇਰਾ ਜੀ ਨਹੀਂ ਲੱਗਣ ਡਿਆ ਜੀਤਾਂ ਬਗੈਰ। ਲੈ ਮੰਮੀ ਜੀ, ਹੁਣੇ ਜੀ ਲਾ ਦਿੰਦੇ ਆ, ਕਿਹੜੀ ਗੱਲ ਆ? ਚੱਲ ਆ ਜਾ। ਮੈਂ ਨਾ ਕੰਮ ਦੇ ਵਿੱਚ ਅੱਜ ਐਵੇਂ ਲੇਟ ਜੀ ਹੋ ਗਈ ਤੇ ਤਾਂ ਕਰਕੇ ਮੈਂ ਵੀ, ਮੇਰਾ ਆਪ ਨਹੀਂ ਜੀ ਲੱਗਣ ਡਿਆ ਦੀਦੀ ਬਿਨਾਂ। ਮੈਂ ਚੱਲ ਛੇਤੀ ਛੇਤੀ ਜਾ ਕੇ ਮਿਲ ਹੀ ਆਵਾਂ। ਚੱਲ ਫਿਰ ਮਿਲ ਆਪਣੀ ਦੀਦੀ ਨੂੰ। ਹੈ ਹਾਂਜੀ ਦੀਦੀ, ਕਿੱਦਾਂ ਠੀਕ ਹੋ? ਹਾਂ ਵਧੀਆ ਠੀਕ ਠਾਕ, ਤੂੰ ਸੁਣਾ? ਮੈਂ ਵੀ ਵਧੀਆ। ਠੀਕ, ਕਿੱਥੇ ਹੀ ਹੋ? ਆ ਵੇ ਪੈਰਾਂ ਨੂੰ ਕਿੱਦਾਂ ਸੋਚ ਪਵਾ ਕੇ ਤੇ ਬੈਠੀ ਹੋ। ਲੈ ਇਹ ਸੋਚ ਕਿੱਦਾਂ ਪੈ ਗਈ, ਇੰਨੀ ਲਾਪਰਵਾਹੀ ਕਿਉਂ ਕਰਦੇ ਹੁੰਦੇ ਹੋ? ਮੈਂ ਆਖਣ ਡਈ ਹਾਂ ਵੀ ਲਿਆ ਮੈਂ ਮਾਲਿਸ਼ ਕਰਦਾ ਤੇ ਕਹਿੰਦੀ ਆ ਵੀ ਮੈਂ ਤੁਹਾਨੂੰ ਨਹੀਂ ਹੱਥ ਲਾਉਣ ਦੇਣਾ ਆਪਣੇ ਪੈਰਾਂ ਨੂੰ, ਤੇ ਮੈਂ ਚੱਲ ਜੀਤਾਂ ਨੂੰ ਸੱਦ ਲਿਆਉਂਦੀ ਹਾਂ। ਲੈ ਇਹ ਕਿਹੜੀ ਗੱਲ ਆ, ਲਿਆਓ ਮੈਂ ਹੁਣੇ ਮਾਲਿਸ਼ ਕਰ ਦਿੰਦੀ ਹਾਂ, ਸੋਚ ਵੇਖਿਆ ਕਿੱਧਰ ਨੂੰ ਜਾਂਦੀ। ਮਾਲਿਸ਼ ਸਿਰਫ ਨਾ ਮੰਮੀ ਦੇ ਤਸੱਲੀ ਵਾਸਤੇ ਹੋਣ ਡਈ ਆ, ਨਹੀਂ ਤੇ ਮੈਂ ਤਾਂ ਕਹਿੰਦੀ ਲੋੜ ਹੀ ਨਹੀਂ ਹੈਗੀ। ਉਹ 2 ਮਿੰਟ ਮੈਂ ਬਹਿ ਕੇ ਘੁੱਟੇ ਆ ਨਾ ਪੈਰ ਤੇ ਇਹਨੇ ਨਾ ਮੈਨੂੰ ਫਰਕ ਪੈਣ ਲੱਗ ਪਿਆ। ਲੋੜ ਕਿਉਂ ਨਹੀਂ ਆ? ਵੈਸੇ ਵੀ ਮਾਲਿਸ਼ ਹੋਈ ਨਾ ਚੰਗੀ ਰਹਿੰਦੀ ਆ, ਕਿਉਂਕਿ ਅੱਜ ਕੱਲ੍ਹ ਦੇ ਦਿਨਾਂ ਵਿੱਚ ਨਾ ਪੈਰਾਂ ਨੂੰ ਸੋਜ ਪੈ ਹੀ ਜਾਂਦੀ ਆ, ਤੇ ਨਾਲੇ ਉਂਝ ਵੀ ਫਿਰ ਥੱਕ ਜਾਂਦੇ ਆ ਪੈਰ ਤੁਰਦਿਆਂ ਫਿਰਦਿਆਂ। ਮਾਲਿਸ਼ ਹੋਏਗੀ ਤੇ ਚਲੋ ਚੈਨ ਜਿਹਾ ਆਏਗਾ ਨਾ, ਥੋੜ੍ਹੀ ਰਾਹਤ ਮਿਲੇਗੀ ਤੁਹਾਨੂੰ। ਕਰ ਲਓ ਦੂਜਾ ਪੈਰ ਵੀ ਇਹਨੂੰ, ਹੁਣੇ ਵੇਖਿਓ ਕਿੱਦਾਂ ਸੋਜ ਉੱਡਦੀ ਤੁਹਾਡੀ। ਕੋਈ ਨਹੀਂ, ਪਤਾ ਨਹੀਂ ਲੱਗਦਾ, ਵਧੀਆ ਜੀ ਮਾਲਿਸ਼ ਕਰਦੇ ਇਹਨੂੰ ਚੰਗਾ। ਇੱਧਰ ਨੂੰ ਕਰਾਂ, ਵੇਖਾਂ ਪੈਰ ਕਿੰਨੇ ਸੁੱਜੇ ਆ ਤੁਹਾਡੇ, ਲੋੜ ਹੀ ਨਹੀਂ ਮਾਲਿਸ਼ ਦੀ। ਜੀ ਤਾਂ ਤੂੰ ਇਹਦੀ ਮਾਲਿਸ਼ ਕਰ ਤੇ ਮੈਂ ਵਧੀਆ ਜੀ ਤੇਰੀ ਚਾਹ ਲਿਆਵਾਂ ਬਣਾ ਕੇ। ਠੀਕ ਹੈ ਮੰਮੀ ਜੀ।
ਜੀਤਾ ਕਿੰਨਾ ਵਧੀਆ ਲੱਗਦਾ ਆ ਨਾ ਹੁਣ ਰਲ ਮਿਲ ਕੇ ਰਹਿਣਾ। ਇੰਝ ਲੱਗਦਾ ਜਿੱਦਾਂ ਪਹਿਲੇ ਦਿਨ ਵਾਪਸ ਆ ਗਏ ਹੁੰਦੇ ਆ, ਜਿੱਦਾਂ ਪਹਿਲਾਂ ਆਪਾਂ ਰਹਿੰਦੀਆਂ ਹੁੰਦੀਆਂ ਸੀ, ਕਿੰਨਾ ਮਜ਼ਾ ਆਉਂਦਾ ਹੁੰਦਾ ਸੀ। ਅਤੇ ਹੁਣ ਵੀ ਉੱਦਾਂ ਹੀ ਮੈਨੂੰ ਸੇਮ ਉਹੀ ਦਿਨ ਯਾਦ ਆਈ ਜਾਂਦੇ ਆ। ਇੱਦਾਂ ਹੀ ਪਹਿਲਾਂ ਆਪਾਂ ਰਲ ਮਿਲ ਕੇ ਟਾਈਮ ਕੱਢਦੀਆਂ ਹੁੰਦੀਆਂ ਸੀ, ਹੈ ਨਾ? ਹਾਂ ਦੀਦੀ, ਵਾਕਿਆ ਗੱਲ ਤਾਂ ਤੁਹਾਡੀ ਠੀਕ ਆ। ਹੁਣ ਤਾਂ ਦਿਨ ਐਵੇਂ ਲੰਘ ਜਾਂਦੇ ਕਿ ਪਤਾ ਹੀ ਨਹੀਂ ਲੱਗਦਾ ਗੱਲਾਂ ਬਾਤਾਂ 'ਚ। ਕਈ ਵਾਰ ਸੁਣਨ 'ਚ ਆਇਆ ਵਾ ਵੀ ਜਿਹੜੇ ਦਿਨ ਲੰਘ ਜਾਂਦੇ ਉਹ ਵਾਪਸ ਨਹੀਂ ਆਉਂਦੇ, ਪਰ ਮੈਨੂੰ ਇੰਝ ਲੱਗਣ ਡਿਆ ਵੀ ਜਿਹੜੇ ਦਿਨ ਸਾਡੇ ਲੰਘ ਗਏ ਉਹ ਵਾਪਸ ਆ ਗਏ ਆ। ਉਹਨਾਂ ਨਾਲ ਵੀ ਹੁਣ ਐਵੇਂ ਲੱਗਣਾ ਜਿੱਦਾਂ ਵਧੀਆ ਦਿਨ ਵਾਪਸ ਆਏ ਹੁੰਦੇ ਆ। ਅਤੇ ਮੈਨੂੰ ਦੱਸੋ ਵੀ ਕਮਲ ਭਾਅ ਜੀ ਦਾ ਫੋਨ ਆਇਆ, ਠੀਕ ਠਾਕ ਨੇ? ਹਾਂ ਹਾਂ ਵਧੀਆ ਠੀਕ ਠਾਕ ਆ। ਅੱਛਾ, ਅਤੇ ਕਦੋਂ ਆਉਂਦੇ ਉਹਨਾਂ ਨੂੰ ਵੱਲੋਂ? ਆਉਣ ਨੂੰ ਤਾਂ ਉਹ ਬੜੇ ਕਾਹਲੇ ਆ, ਉਹਨਾਂ ਨੂੰ ਤਾਂ ਜਦੋਂ ਪਤਾ ਲੱਗਾ ਸੀ ਨਾ ਉਦੋਂ ਦਾ ਹੀ ਉਹਨਾਂ ਦਾ ਮਨ ਕਰਦਾ ਵਾ ਕਿ ਮੈਂ ਛੇਤੀ ਪਿੰਡ ਆ ਜਾਵਾਂ ਉੱਡ ਕੇ। ਅਤੇ ਪਰ ਮੈਂ ਹੀ ਉਹਨਾਂ ਨੂੰ ਰੋਕਣ ਡਈ ਹਾਂ ਹਲੇ। ਮੈਂ ਕਿਹਾ ਚੱਲ ਥੋੜ੍ਹਾ ਚਿਰ ਹੋਰ ਇੱਥੇ ਟਾਈਮ ਲਾ ਲਓ, ਵੀ ਹਲੇ ਤਾਂ ਆ ਕੇ ਕੋਈ ਫਾਇਦਾ ਨਹੀਂ ਹੈਗਾ, ਚਾਰ ਲਾਗੇ ਜੇ ਆਉਣਗੇ ਨਾਲੇ ਚੱਲ ਆਪਣੇ ਜੀ ਨੂੰ ਵੇਖਣਗੇ, ਹੱਸਣ ਚੁੱਕਣਗੇ, ਹੈ ਨਾ, ਕਢਾਉਣਗੇ, ਹੋਰ ਗੱਲ ਹੁੰਦੀ, ਖਰਚਾ ਖੁਰਚਾ ਵੀ ਹੋਣਾ, ਚੱਲ ਉਨੀ ਕਮਾਈ ਕਰ ਲੈਣਗੇ, ਨਾਲੇ ਉਦੋਂ ਨੂੰ ਘਰ ਆ ਜਾਣਗੇ ਨਾ। ਅਤੇ ਤੁਹਾਨੂੰ ਪਤਾ ਹੀ ਆ ਫਿਰ ਉਦੋਂ ਦੇ ਬੰਦੇ ਦੀ ਲੋੜ ਹੈ ਹੀ ਆ ਘਰ। ਅਤੇ ਚੱਲ ਵਧੀਆ ਫਿਰ, ਮੈਂ ਉਹਨਾਂ ਚਿਰ ਇੱਥੇ ਤੁਸੀਂ ਟਾਈਮ ਲਾ ਲਓ, ਜਿਹੜਾ ਲੱਗਦਾ ਚਾਰ ਪੈਸੇ ਇਕੱਠੇ ਕਰ ਲਓ। ਚੱਲ ਵਧੀਆ, ਇਹਨੇ ਵੀ ਨਾ ਪੌਦਾ ਪੈਸੇ ਨਹੀਂ ਮੈਨੂੰ ਦੇਣੇ, ਬਹਾਨੇ ਨਾ ਕਢਾਉਂਦੀ ਹਾਂ। ਇਹਨੂੰ ਕਹਿੰਦੀ ਹਾਂ ਕਿ ਪਿੰਡ ਵਾਲੇ ਮੇਰੇ ਕੋਲ ਪੈਸੇ ਮੰਗਦੇ ਆ ਵੀਰ ਹੁਣੇ। ਪ੍ਰੀਤੀ, ਸਤਿ ਸ਼੍ਰੀ ਅਕਾਲ ਭੈਣ। ਸਤਿ ਸ਼੍ਰੀ ਅਕਾਲ ਬਾਊ, ਹੋਰ ਸੁਣਾ ਕੀ ਹਾਲ ਚਾਲ ਆ? ਹਾਂ ਵਧੀਆ ਠੀਕ ਠਾਕ, ਤੂੰ ਸੁਣਾ ਆਪਣਾ? ਆਪਣਾ ਵੀ ਠੀਕ ਠਾਕ। ਅਤੇ ਅਚਾਨਕ ਹੀ ਨਹੀਂ, ਅਚਾਨਕ ਕੀ ਆਉਣਾ ਵਾ, ਲੋੜ ਪੈ ਗਈ ਤੇਰੇ ਵੱਲ। ਲੋੜ ਇਹ ਪੈ ਗਈ ਉਹ ਕਿ ਭਰਾ ਭਾਬੀ ਆਏ ਸੀ ਮੇਰੇ ਕੋਲ। ਅੱਛਾ। ਅਤੇ ਮੈਨੂੰ ਕਹਿੰਦੇ ਪੈਸਿਆਂ ਦੀ ਲੋੜ ਆ ਥੋੜ੍ਹੀ ਜਿਹੀ, ਅਤੇ ਸਾਡੀ ਮਦਦ ਕਰ। ਅਤੇ ਮੈਂ ਕਿਹਾ ਚੱਲ ਕੋਈ ਗੱਲ ਨਹੀਂ, ਪੈਸੇ ਤਾਂ ਹੈਗੇ ਆ, ਪੰਮੂ ਕੋਲ ਹੈਗੇ ਆ ਮੇਰੇ ਪੈਸੇ, ਅਤੇ ਮੈਂ ਉਹਨੂੰ ਦਿੱਤੇ ਆ ਉਧਾਰੇ, ਅਤੇ ਮੈਂ ਉਹਦੇ ਕੋਲ ਲੈ ਕੇ ਤੈਨੂੰ ਪੈਸੇ ਦੇ ਦਿੰਦੀ ਹਾਂ। ਅਤੇ ਤੂੰ ਹੁਣ ਇੱਦਾਂ ਕਰ, ਮੈਨੂੰ ਪੈਸੇ ਦੇ। ਲੈ, ਤੂੰ ਸਿੱਧਾ ਸਿੱਧਾ ਹੀ ਉਹਨਾਂ ਨੂੰ ਕਹਿ ਦਿੱਤਾ ਵੀ ਪੰਮੋ ਭੈਣ ਨੇ ਮੇਰੇ ਕੋਲ ਪੈਸੇ ਖੜੇ ਆ, ਇਹ ਤੂੰ ਚੰਗਾ ਨਹੀਂ ਕੀਤਾ। ਹਾਂ ਹਾਏ, ਸਿੱਧਾ ਸਿੱਧਾ ਕਹਿਣ ਦਾ ਕੀ ਮਤਲਬ ਹੁੰਦਾ ਵਾ? ਕਹਿ ਹੀ ਦੇਈਦਾ ਵਾ ਕਿ ਫਲਾਣੇ ਭੈਣ ਨੇ ਮੇਰੇ ਕੋਲ ਪੈਸੇ ਲਏ ਸੀ, ਤੇ ਕੋਈ ਮੈਂ ਤੈਨੂੰ ਲਿਆ ਕੇ ਦੇ ਦਾਂਗੀ। ਮੇਰੀ ਗੱਲ ਸੁਣ, ਤੇਰੀ ਮੇਰੀ ਇੱਕ ਗੱਲ ਵਾ, ਅਸੀਂ ਆ ਭੈਣਾ ਭੈਣਾ, ਤੇ ਜਦੋਂ ਲੱਗ ਜੇ ਪੇਕੇ ਪਰਿਵਾਰ ਚ ਪਤਾ ਤੇ ਫਿਰ ਭੰਡਣੀ ਬੜੀ ਹੁੰਦੀ ਆ ਗੱਲ ਦੀ। ਉਹਨਾਂ ਨੇ ਤੇ ਮੈਨੂੰ ਥਾਂ ਥਾਂ ਭੰਡਣਾ ਵਾ ਵੀ ਇਹ ਕਿੱਧਰ ਪ੍ਰੀਤੀ ਕੋ ਪੈਸੇ ਲੈ ਕੇ ਤੇ ਇਹਨੇ ਸਾਡੀ ਭੈਣ ਕੋ ਵਰਤੇ ਆ, ਫਿਰ ਵੀ ਅਸੀਂ ਚਾਚੇ ਤਾਏ ਦੀਆਂ ਕੁੜੀਆਂ ਵਾ। ਨਹੀਂ, ਇੱਕ ਭੰਡਣੀ ਕਰਾਉਣ ਵਾਲੀ ਭਲਾ ਕਿਹੜੀ ਗੱਲ ਹੋਈ? ਤੈਨੂੰ ਪੈਸੇ ਦਿੱਤੇ ਆ ਤੇ ਪੈਸੇ ਮੈਂ ਲੈਣੇ ਨਹੀਂ ਆ, ਤੇ ਆਖਰ ਵੀ ਕਾਹਦੀ ਆ ਗਈ ਆ ਜੇ ਮੈਂ ਵੀਰ ਨੂੰ ਇਹ ਗੱਲ ਦੱਸ ਵੀ ਦਿੱਤੀ ਆ? ਮੇਰੀ ਸੁਣ ਗੱਲ, ਪੈਸੇ ਅਸੀਂ ਤੇਰੇ ਕੋਲ ਲਏ ਆ ਨਾ ਤੇ ਤੇਰੇ ਲਾਈ ਮੋਰ ਮੋੜਨੇ ਵੀ ਆ, ਪਰ ਇਹ ਥੋੜੀ ਗੱਲ ਆ ਵੀ ਤੂੰ ਹਰ ਇੱਕ ਨੂੰ ਦੱਸਦੀ ਫਿਰੇ, ਵਾਰਾ ਪਾਉਂਦੀ ਫਿਰੇ ਵੀ ਅਸੀਂ ਉਹਦੇ ਕੋਲ ਪੈਸੇ ਲੈਣੇ ਪੈਸੇ ਲੈਣੇ। ਮੈਂ ਤੇਰੇ ਕੋਲ ਪਰਦੇ ਨਾਲ ਪੈਸੇ ਲਏ ਗੇ ਤੇ ਤੂੰ ਸਾਰੇ ਪਰਦੇ ਖੋਲ ਦਿੱਤੇ। ਅੱਛਾ, ਅੱਜ ਤੇਰੇ ਪਰਦੇ ਖੁੱਲ ਗਏ ਆ? ਜਿੱਦਣ ਉਹਨਾਂ ਕੋਲ ਜਾ ਜਾ ਕੇ ਪੈਸੇ ਲੈਣੇ ਸੀ ਉਦੋਂ ਤੇਰੇ ਪਰਦੇ ਕਿੱਥੇ ਗਏ ਸੀ? ਤੇ ਪਰ ਉਹ ਤਾਂ ਨਹੀਂ ਨਾ ਅਜੇ ਤੱਕ ਤੇਰੇ ਕੋਲ ਬਸ ਰਹੇ ਵੀ ਉਹ ਪੈਸੇ ਖੜਦੀ ਸਾਡੇ ਕੋਲ? ਉਹ ਤਾਂ ਹੋਈ ਨਾ ਭੈਣ ਭਰਾਵਾਂ ਵਾਲੀ ਗੱਲ, ਪਰ ਤੂੰ ਨਾ ਭੈਣ ਭਰਾਵਾਂ ਵਾਲੀ ਕੀਤੀ। ਪਹਿਲਾਂ ਤੇਰੇ ਨਾਲ ਉਹ ਰੁੱਸੇ ਰਹੇ ਤੇ ਅੱਜ ਉਹ ਮੰਨ ਗਏ ਤੇ ਤੂੰ ਸਾਰੇ ਖਿਲਾਰੇ ਪਾ ਦਿੱਤੇ ਆ। ਹਾਂ, ਕਿੱਦਾਂ ਦੀ ਤੂੰ ਗੱਲ ਕਰਦੀ ਆ, ਰੁੱਸੇ ਰਹੇ ਭੈਣ ਭਰਾਵਾਂ ਨਾਲ, ਗੁੱਸੇ ਗਿਲੇ ਵੀ ਹੁੰਦੇ ਆ ਤੇ ਇੱਕ ਦੂਜੇ ਦਾ ਹੱਥ ਆਧਾਰ ਵੀ ਹੁੰਦਾ ਵਾ। ਇਹਦਾ ਮਤਲਬ ਇਹ ਥੋੜਾ ਕਿ ਤੂੰ ਮੈਨੂੰ ਡਹਿਵੇਂਗੀ ਦੂਜੀਆਂ ਗੱਲਾਂ ਕਰਨ। ਹੱਥ ਆਧਾਰ ਹੁੰਦਾ ਤੇ ਤੂੰ ਥਾਂ ਥਾਂ ਭੰਡਦੀ ਫਿਰੇਂਗੀ ਮੈਨੂੰ? ਬਹੁਤ ਤੇਰੀ ਭੰਡਣੀ ਹੋਗੀ ਜੇ ਇੰਨੀ ਤੈਨੂੰ ਭੰਡਣੀ ਦੀ ਹਾ ਜਾਵਾਂ ਨਾ, ਤੇ ਫਿਰ ਕਿਸੇ ਅੱਗੇ ਜਾ ਕੇ ਹੱਥ ਵੀ ਨਾ ਡਾਇਆ ਕਰ, ਵੀ ਆਪਣੇ ਪੈਸੇ ਮੰਗਣ ਦੀ ਆ। ਮੈਂ ਤੇਰੇ ਕੋਲ ਪੈਸੇ ਲੈਣੇ ਨਹੀਂ ਆ। ਪੈਸੇ ਲੈਣੇ ਨਹੀਂ ਆ ਮੇਰੇ ਕੋਲ ਤੇ, ਅਜੇ ਪੈਸੇ ਹੈ ਨਹੀਂ, ਸਿੱਧੀ ਗੱਲ ਵਾ। ਤੇ ਆ ਪਏ ਆ ਲੱਡੂ, ਖਾਣੇ ਤੇ ਖਾ, ਨਹੀਂ ਤੇ ਸੋ ਜਾਂਦਾ ਰਾ। ਅੱਛਾ,
ਬੜੀਆਂ ਗੱਲਾਂ ਆਉਣ ਡੈ ਪਈਆਂ। ਅੱਜ ਤੇ ਤੈਨੂੰ ਬੜਾ ਰਾਹ ਦਾ ਚੇਤਾ ਆ ਗਿਆ ਵਾ। ਉਹ 5 ਸਾਲ ਤੇ ਤੈਨੂੰ ਮੇਰੇ ਘਰ ਦਾ ਰਾਹ ਨਾ ਆਇਆ। ਜਿੱਦਣ ਤੂੰ ਲੈਣੇ ਸੀ ਪੈਸੇ, ਉਦਣ ਤੇ ਮਾਂ ਜੇ ਮਟਕ ਮਟਕ ਭੱਜ ਗਈ ਸੀ ਉਧਰ ਨੂੰ। ਗਈ ਹਾਂ ਪੈਸੇ ਲੈਣ ਹੀ ਗਈ ਹਾਂ, ਪਰ ਇਹ ਥੋੜਾ ਵੀ ਤੂੰ ਸਾਰਿਆਂ ਦੇ ਗਾੜੀ ਰੌਲਾ ਪਾਈ ਚਲੇ ਜਾਵੇਂ। ਤੇ ਮੇਰੀ ਸੁਣ ਲਾ ਸਿੱਧੀ ਸਿੱਧੀ ਗੱਲ, ਜਿੱਦਣ ਮੇਰੇ ਕੋਲ ਪੈਸੇ ਹੋਣਗੇ ਨਾ, ਮੈਂ ਆਪੇ ਤੇਰੇ ਘਰ ਦੇ ਜੂੰਗੀ ਤੇ ਥਾਂ ਥਾਂ ਗੱਲਾਂ ਕਰਨ ਦੀ ਕੋਈ ਲੋੜ ਨਹੀਂ ਹੈਗੀ। ਹੋ ਵੇਖ ਵੇਖ ਕਿੱਦਾਂ ਹੁਣ ਇਹਨੂੰ ਗੱਲਾਂ ਆਉਂਦੀਆਂ ਵਾ, ਹਵਾ ਹੀ ਬਦਲ ਗਈ ਆ। ਕੋਈ ਗੱਲ ਨੀ, ਨਾ ਨਾ ਤੂੰ ਮੈਨੂੰ ਪੈਸੇ ਦਿੱਤੇ, ਥਾਂ ਥਾਂ ਤੇ ਜਾ ਕੇ ਤੇਰੀ ਭੰਡਣੀ ਕਰਾਂਗੀ। ਤੂੰ ਨੱਕ ਦੇਣ ਜੋਗੀ ਨੀ ਰਹਿਣਾ, ਪੋਸਟਰ ਲਵਾਉਂਗੀ ਕੰਧਾਂ ਤੇ, ਫਿਰ ਵੇਖਾਂਗੇ ਕੀ ਕਰਦੀ ਆ ਤੂੰ। ਪੋਸਟਰ ਲਵਾਉਣ ਤੂੰ ਹੀ ਗਿੱਜੀ ਆ, ਪਾਰਲਰਾਂ ਦੇ ਮੇਰੇ ਨਾ ਪੋਸਟਰ ਲੱਗੇ, ਅਸੀਂ ਖਾਂਦੇ ਆ ਘਰ ਬਹਿ ਕੇ ਰੋਟੀ, ਉਹ ਵੀ ਸਰਦਾਰਾਂ ਵਾਂਗੂ। ਤੇਰੇ ਵਰਗੇ ਕੰਮ ਸਾਡੇ ਕੋਲ ਹੈ ਨਹੀਂ ਆ। ਉਧਰ ਨੂੰ ਤੁਰ ਪਏ ਤੇ ਇਧਰ ਨੂੰ ਤੁਰ ਪਏ, ਕਦੀ ਇਧਰੋਂ ਸੱਟਾਂ ਲਵਾ ਲਈਆਂ ਤੇ ਕਦੀ ਉਹ ਕੰਮ ਕਰ ਲਏ। ਤੇਰੇ ਪੋਸਟਰ ਤੇ ਅਜੇ ਵੀ ਲੱਗੇ ਹੋਣੇ ਹਰਚੋਵਾਲ ਚ। ਗੱਲਾਂ ਤੇ ਤੈਨੂੰ ਬੜੀਆਂ ਆਉਂਦੀਆਂ, ਕੋਈ ਗੱਲ ਨੀ, ਨੱਕ ਸਾਨੀ ਨਿਕਲੀ ਲਿਖਾ ਨਾ ਨਾ ਕਢਾਤੀਆਂ, ਤੇ ਮੇਰਾ ਨਾਂ ਵੀ ਨੀ ਪ੍ਰੀਤ। ਤੇਰੇ ਵਰਗੀਆਂ ਜਾ ਜਾ, ਤੇਰੇ ਵਰਗੀਆਂ ਕਈ ਤੁਰੀਆਂ ਫਿਰਦੀਆਂ ਨਾਕਰਾਂ ਲਕੀਰਾਂ ਕਢਾਉਣ ਵਾਲੀਆਂ, ਆਈ ਵੱਡੀ ਮੇਰੇ ਨਾਲ ਮੱਥਾ ਲਾਉਣ ਵਾਲੀ। ਇਦਾਂ ਤੇ ਕਦੀ ਵੀ ਨਾ ਤੈਨੂੰ ਮੈਂ ਪੈਸੇ ਦਊਂਗੀ। ਤੂੰ ਪਿਆਰ ਨਾਲ ਪੈਸੇ ਮੰਗਦੀ, ਮੈਂ ਤੈਨੂੰ ਦੇ ਦਿੰਦੀ। ਜਿਹੜੀ ਚੀਜ਼ ਪਰਦੇ ਵਾਲੀ ਆ, ਭੈਣ ਭਰਾ ਦਾ ਪਰਦਾ ਕੋਈ ਚੀਜ਼ ਹੀ ਨਹੀਂ ਹੁੰਦਾ। ਇਹਨੇ ਤੇ ਸਾਰੇ ਪਰਦੇ ਮੇਰੇ ਜ਼ਾਹਰ ਕਰ ਦਿੱਤੇ ਆ, ਹੱਦ ਹੀ ਹੋ ਗਈ ਇਹਦੇ ਵਾਲੀ ਤੇ। ਇਹਦੇ ਤੇ ਮੈਨੂੰ ਲੱਗਦਾ ਰਿਪੋਰਟ ਦੇਣੀ ਪੈਣੀ ਆ। ਛੱਡਦੀ ਤੇ ਮੈਂ ਵੀ ਨਹੀਂ ਇਹਦਾ ਫੱਕਾ, ਕਿੱਡੀ ਮਹਾਂ ਜੇ ਬਣੀ ਫਿਰਦੀ ਆ, ਮੇਰੇ ਪੈਸੇ ਨੱਪ ਕੇ ਬੈਠੀ ਤੇ ਉੱਤੋਂ ਮੈਨੂੰ ਹੀ ਗੱਲਾਂ ਕਰੀ ਜਾਂਦੀ ਆ। ਪਾਲੀ ਵੱਲ ਜਾਂਦੀ ਆ ਨਾ ਹੁਣ, ਇਹ ਸਗਾਸਨ ਕਿਹੜਾ ਚੰਦ ਚਾੜਨਾ ਹੁਣ। ਫੋਨ ਨਹੀਂ ਕਿਤੇ ਚੁੱਕਣ ਦੀ, ਗਰਮੀ 'ਚ ਮੱਚ ਲਈ ਆ ਮੈਂ ਤਾਂ, ਕਿਤੇ ਆਪਣੇ ਪੈਸੇ ਮੈਨੂੰ ਘਟਾਉਣੇ ਪੈਣ ਡਿਆ। ਸਤਿ ਸ਼੍ਰੀ ਅਕਾਲ ਭਾਜੀ। ਭਾਜੀ ਦੀਦੀ ਨੂੰ ਬੁਲਾਇਓ। ਕਿਹੜੀ ਦੀਦੀ? ਪਾਲੀ ਦੀਦੀ। ਕਿਹੜੀ ਪਾਲੀ? ਪਾਲੀ ਜਿਨ੍ਹਾਂ ਦੀ ਆ ਦੁਕਾਨ ਆ। ਮੇਰੀ ਇਹ ਭੈਣੇ, ਇਹ ਦੁਕਾਨ ਸਾਡੀ ਆ। ਤੁਹਾਡੀ ਆ? ਹਾਂਜੀ, ਅਤੇ ਪਾਲੀ ਇੱਥੇ ਕੋਈ ਨਹੀਂ ਰਹਿੰਦੀ। ਨਹੀਂ, ਇਹ ਤਾਂ ਦੁਕਾਨ ਉਹ ਪਾਲੀ ਚਲਾਉਂਦੀ ਨਹੀਂ ਰਹੀ ਜਿਹਨੇ ਕਮੇਟੀਆਂ ਪਾਈਆਂ ਵਾ। ਉਹ ਤਾਂ ਕਰਦੀ ਵੇਚ ਗਈ ਸਾਨੂੰ। ਦੁਕਾਨ ਵੇਚ ਗਈ ਆ? ਘਰ ਵੀ ਵੇਚ ਗਈ ਆ, ਦੁਕਾਨ ਵੀ ਵੇਚ ਗਈ ਆ। ਘਰ ਵੀ ਵੇਚ ਗਏ ਆ? ਤੇ ਕਮੇਟੀਆਂ ਵਾਲੇ ਤੇ ਬੜੇ ਆਉਂਦੇ, ਕੀ ਚੱਕਰ ਆ? ਭਾਜੀ ਮੇਰੇ ਤੇ ਉਹਦੇ ਕੋਲੋਂ 10-15 ਲੱਖ ਰੁਪਇਆ ਲੈਣ ਵਾਲਾ ਸੀ, ਤੇ ਉਹਦਾ ਕੋਈ ਨੰਬਰ ਸਾਡੇ ਕੋਲ ਨੰਬਰ ਨਹੀਂ ਹੈਗਾ। ਸਾਨੂੰ ਰਜਿਸਟਰੀ ਕਰ ਗਈ ਘਰ ਦੀ, ਮੇਰੇ ਕੋਲ ਕਾਗਜ਼ ਪਏ ਆ। 10-15 ਲੱਖ? ਹਾਂਜੀ ਭਾਜੀ, ਮੇਰੇ ਕਮੇਟੀਆਂ ਬੜੀਆਂ ਪਾਈਆਂ ਸੀ ਤੇ ਅਸੀਂ ਨਾ ਯੂਪੀਆ ਰਹਿੰਦੇ ਇਹਦੇ ਹੁਣ ਹੀ ਆਏ ਆ, ਅਸੀਂ ਉਹਦੇ ਕੋਲ ਸਾਰਾ ਕੁਝ ਖਰੀਦ ਲਿਆ ਵਾ। ਤੇ ਭਾਜੀ ਤੁਹਾਨੂੰ ਪਤਾ ਹੋਊਗਾ ਕਿ ਉਹ ਕਿੱਥੇ ਰਹਿੰਦੀ ਹੈ, ਕਿੱਥੇ ਚੱਲ ਗਈ ਆ? ਸਾਨੂੰ ਉਹਨਾਂ ਕੋਈ ਮਤਲਬ ਨਹੀਂ, ਮੇਰੀ ਭੈਣ ਪਾਣੀ ਪੁਣੀ ਪੀ, ਜਿਹੜੀ ਗੱਲ ਬਣਦੀ ਆ ਕਮੇਟੀਆਂ ਦਾ ਮੈਨੂੰ ਕੋਈ ਨਹੀਂ ਪਤਾ। ਹਾਏ ਭਾਜੀ, ਮੈਨੂੰ ਤਾਂ ਘਾਟਾ ਹੀ ਬੜਾ ਪਿਆ ਗਿਆ। ਤੇ ਤੁਸੀਂ ਇਹੋ ਜਿਹੇ ਕੰਮ ਕਰਦੇ ਕਿਉਂ ਨੇ ਕਮੇਟੀਆਂ ਵਾਲੇ? ਭਾਜੀ ਮੇਰੇ ਕਮੇਟੀਆਂ ਤਾਂ ਪਾਈਆਂ ਸੀ ਕਿ ਚੱਲ ਮੇਰੇ ਚੱਲ ਸਾਰਾ ਕੁਝ ਵੇਚ ਕੇ ਚੱਲ ਗਈ ਇੱਥੋਂ। ਹਾਏ, ਮੈਂ ਹੁਣ ਘਰਦਿਆਂ ਨੂੰ ਕੀ ਜਵਾਬ ਦਊਂਗੀ, ਮੇਰਾ ਤੇ ਪੈਸਾ ਸਾਰਾ ਡੁੱਬ ਗਿਆ। ਭਾਜੀ ਕੋਈ ਨੰਬਰ ਕੋਈ ਥਾਂ ਟਿਕਾਣਾ ਕੋਈ। ਮੇਰੀ ਗੱਲ ਸੁਣ ਭੈਣ, ਪਾਣੀ ਪੀ, ਪਤਾ ਕੀ ਹੋਇਆ? ਸਾਨੂੰ ਉਹ ਸਾਰੀ ਰਜਿਸਟਰੀ ਕਰਕੇ ਸਭ ਕੁਝ ਵੇਚ ਕੇ ਚੱਲ ਗਈ ਇੱਥੋਂ। ਕੁਛ ਨਹੀਂ ਦੱਸਿਆ ਕਿ ਮੈਂ ਕਿੱਥੇ ਚੱਲੀ। ਨਹੀਂ, ਅਸੀਂ ਨਹੀਂ ਪੁੱਛਿਆ, ਨਾ ਸਾਨੂੰ ਮਤਲਬ ਆ, ਸਾਰੇ ਕਾਗਜ਼ ਪੱਤਰ ਪੂਰੇ ਆ ਸਾਰੇ। ਇਹੋ ਜਿਹੇ ਨਹੀਂ ਫਸੀ ਦਾ ਹੁੰਦਾ ਭੈਣ ਕਮੇਟੀਆਂ 'ਚ, ਬੜੇ ਜਾਣੇ ਆਉਂਦੇ ਇੱਥੇ। ਬਹਿ ਜਾ, ਪਾਣੀ ਲਿਆਉਣਾ ਮੈਂ, ਪਾਣੀ ਪੀ। ਨਹੀਂ ਭਾਜੀ, ਪਾਣੀ ਨਹੀਂ ਮੈਂ ਪੀਣਾ।
ਸਾਨੂੰ ਇਹਨਾਂ ਗੱਲਾਂ ਦਾ ਪਤਾ ਹੀ ਨਹੀਂ ਪੈਂਦੇ ਨੇ। ਕਮੇਟੀਆਂ ਪਾਈਆਂ, ਬੜੇ ਜਾਣੇ ਆਉਂਦੇ ਇੱਥੇ ਤੇ ਬੜੇ ਜਾਂਦੇ ਇੱਥੋਂ, 10-15 ਤੱਕ ਬੜਾ ਹੁੰਦਾ। ਤੂੰ ਕੀ ਜਵਾਬ ਦੇਊਂਗਾ ਆਪਣੇ ਪੇਕਿਆਂ ਨੂੰ ਤੇ ਮਾਪਿਆਂ ਨੂੰ? ਬੜਾ ਵੱਡਾ ਧੋਖਾ ਕੀਤਾ, ਰੱਬ ਕਰੇ ਇਹਨੂੰ ਕੀੜੇ ਪੈਣ ਜਿੰਨੇ ਮੇਰੇ ਨਾਲ ਧੋਖਾ ਕੀਤਾ। ਮੈਂ ਤਾਂ ਭਾਜੀ 1-1 ਰੁਪਈਆ ਜੋੜਿਆ ਸੀ, ਪਲਾਟ ਵੇਚਿਆ ਸੀ, ਤੇ ਮੈਨੂੰ ਕਮੇਟੀਆਂ ਪਾ ਦੀਆਂ ਕਿ ਚੱਕ ਗਈ, ਚੱਲ 4 ਪੈਸੇ ਮੇਰੇ ਜੋੜ ਜਾਣ। ਇਹਨੇ ਮੈਨੂੰ ਲਾਲਚ ਦੇ ਦਿੱਤਾ ਕਿ ਤੂੰ ਵੱਧ ਤੋਂ ਵੱਧ ਕਮੇਟੀਆਂ ਪਾ, ਤੇਰੀ ਵੱਡੀ ਤੋਂ ਵੱਡੀ ਰਕਮ ਵੱਧ ਜੂਗੀ। ਤੇ ਮੈਂ ਵੀ ਇਸੇ ਲਾਲਚ 'ਚ ਆ ਗਈ ਕਿ ਚੱਲ ਮੇਰੇ ਵੀ 4 ਹੋ ਜਾਣਗੇ ਪੈਸੇ। ਇਹ ਲਾਲਚ ਕਦੀ ਨਹੀਂ ਕਰਨਾ ਚਾਹੀਦਾ, ਠੀਕ ਆ? ਅਸੀਂ ਲਾਲਚ ਦੇ ਕਾਰਨ ਜਿਹੜੀਆਂ ਕਮੇਟੀਆਂ ਨਾ, ਇਹ ਬਹੁਤ ਗਲਤੀਆਂ ਕਰਦੇ ਜਿਹੜੀਆਂ ਪਾਉਂਦੇ ਅਸੀਂ ਲੋਕਾਂ ਨੂੰ। ਇਹ ਲਾਲਚ ਕਦੀ ਨਹੀਂ ਕਰਨਾ ਚਾਹੀਦਾ, ਠੀਕ ਆ? ਅਸੀਂ ਪਿੱਛੋਂ ਵੇਚ ਵੱਟ ਕੇ ਆਏ ਹਾਂ, ਆ ਕੇ ਅਸੀਂ ਇੱਥੇ ਜਗ੍ਹਾ ਬਣਾਈ ਆ। ਹੁਣ ਇਹਨਾਂ ਗੱਲਾਂ ਦਾ ਮੈਨੂੰ ਨਹੀਂ ਪਤਾ, ਕਮੇਟੀ ਪਾਈ ਕੀ ਪਾਇਆ, ਬੜੀਆਂ ਜਨਾਨੀਆਂ ਆਉਂਦੀਆਂ ਇੱਥੇ। ਪਾਣੀ ਪੀਣਾ? ਨਹੀਂ ਭਾਜੀ, ਥੈਂਕ ਯੂ ਭਾਜੀ, ਕੋਈ ਗੱਲ ਨਹੀਂ। ਇੱਦਾਂ ਦੀ ਗਲਤੀ ਕਦੀ ਵੀ ਨਹੀਂ ਕਰਨੀ ਕਮੇਟੀਆਂ ਵਾਲੀ। ਇਹ ਪਿੰਡਾਂ 'ਚ ਲੋਕ ਖਾ ਜਾਂਦੇ ਕਮੇਟੀਆਂ, ਸਾਡਾ ਵੀ ਜੀ ਕਰਦਾ ਕਮੇਟੀਆਂ ਪਾਉਣ ਨੂੰ। ਨਹੀਂ ਕੋਈ ਨਹੀਂ ਹੁੰਦਾ ਭਾਜੀ, ਮੈਂ ਆਸੇ ਪਾਸੇ ਪੁੱਛ ਰਹੀ ਹਾਂ, ਸ਼ਾਇਦ ਕਿਸੇ ਨੂੰ, ਕਿਸੇ ਆਂਢੀ ਗੁਆਂਢੀ ਨੂੰ ਪੁੱਛ ਲਓ। ਸਾਡੇ ਨਾਲ ਉਹਨੂੰ ਕੋਈ ਮਤਲਬ ਨਹੀਂ, ਸਾਨੂੰ ਤਾਂ ਉਹਨੇ ਸਾਈਨ ਕੀਤੇ, ਆਪਣੇ ਪੈਸੇ ਲੈ ਕੇ ਗਾਂਹ ਗਈ। ਕੋਈ ਨਹੀਂ, ਮੈਂ ਇੱਥੇ ਗੁਆਂਢੀ, ਇੱਧਰੋਂ ਪੁੱਛ ਲਓਗੇ? ਹਾਂਜੀ। ਤਾਂ ਮੰਮੀ ਨੇ ਤੇ ਉਹਦਾ ਪੁੰਨ ਹੀ ਖੱਟ ਲਿਆ ਜਿਹੜਾ ਤੈਨੂੰ ਸੱਦ ਲਿਆ ਮਾਲਿਸ਼ ਕਰਾਉਣ ਲਈ। ਆ ਲੈ ਜੀ ਤਾਂ ਪੀ ਪਹਿਲਾਂ ਚਾਹ। ਲੈ ਜੀ, ਤੇ ਨੀਂਦ ਆਉਂਦਾ ਪੀਣਾ ਹੁਣ, ਹੈ ਨਾ? ਮਾਲਿਸ਼ ਕਰਾ ਕੇ ਤਾਂ ਤੁਸੀਂ ਰੋਜ਼ ਹੀ ਕਰਾ ਲਿਆ ਕਰੋ ਮਾਲਿਸ਼, ਇਹਦੀ ਕਿਹੜੀ ਗੱਲ ਆ? ਰਿਲੈਕਸ ਹੋ ਗਿਆ ਸਾਰਾ ਦਿਮਾਗ ਵੀ। ਮੈਂ ਰੋਜ਼ 2 ਟਾਈਮ ਕਰਦਿਆ ਕਰੂੰ ਮਾਲਿਸ਼। ਹਾਂਜੀ ਮੰਮੀ ਜੀ, ਵਿੱਕੀ ਤੇ ਸੋਨੂੰ ਕੀ ਕਰਨ ਡਏ ਆ? ਉਹ ਮੰਮੀ ਜੀ ਬੰਬੀ ਤੇ ਚੱਲ ਗਏ ਸੀ, ਆਉਂਦੇ ਸੀ ਵੀ ਧੁੱਪ ਜ਼ਿਆਦਾ ਚੜ੍ਹ ਜਾਣੀ ਆ ਤੇ ਚੱਲ ਠੰਡੇ ਠੰਡੇ ਕੰਮ ਕਾ ਆਈਏ। ਮੈਂ ਤਾਂ ਸਗੋਂ ਕਿਹਾ ਸੀ ਵੀ ਰੋਟੀ ਖਾ ਕੇ ਜਾਓ, ਤਾਂ ਰੋਟੀ ਵੀ ਨਹੀਂ ਖਾ ਕੇ ਗਏ। ਤਾਂ ਹੁਣ ਮੈਨੂੰ ਨਾ ਛੇਤੀ ਛੇਤੀ ਕੰਮ ਕਾ ਕੇ ਜਦੋਂ ਆਉਣਗੇ ਤਾਂ ਜਾਣਾ ਪੈਣਾ ਵਾ। ਤੁਹਾਨੂੰ ਪਤਾ ਹੀ ਆ ਜਦੋਂ ਦੀ ਲੜਾਈ ਹੋਈ ਹੈ ਨਾ, ਅਤੇ ਵਿੱਕੀ ਅਤੇ ਪ੍ਰੀਤ ਆਪਸ ਵਿੱਚ ਕੂੰਦੇ ਨਹੀਂ ਆ, ਤਾਂ ਉਹਨੇ ਰੋਟੀ ਮੰਗਣੀ ਨਹੀਂ ਉਹਦੇ ਕੋਲ, ਤਾਂ ਨਾ ਹੀ ਉਹਦੇ ਹੱਥੋਂ ਖਾਣੀ ਆ, ਅਤੇ ਐਵੇਂ ਭੁੱਖਾ ਬਹਿ ਰਹੇਗਾ। ਚੱਲ ਕੋਈ ਨਹੀਂ, ਨਹੀਂ ਨਹੀਂ ਨਾ ਫੜਦਾ ਰੋਟੀ, ਅਤੇ ਇਹਨੇ ਸੂਤ ਹੀ ਇੱਦਾਂ ਆਉਣਾ ਵਾ ਕਿਉਂਕਿ ਭੂਏ ਚੜ੍ਹੀ ਬੜੀ ਸੀ। ਉਹ ਤਾਂ ਗੱਲ ਠੀਕ ਆ, ਪਰ ਮੰਮੀ ਜੀ ਜਦੋਂ ਦੀ ਲੜਾਈ ਨਹੀਂ ਨਾ ਹੋਈ ਤਾਂ ਘਰ 'ਚ ਸ਼ਾਂਤੀ ਆ। ਪਤਾ ਨਹੀਂ ਵੀ ਹੁਣ ਉਹ ਸੁਧਰ ਗਈ ਆ ਕਿ ਜਾਂ ਉਹਦੇ ਨਾਂ ਬੋਲਣ ਕਰਕੇ ਐਵੇਂ ਆ। ਹੋ ਸਕਦਾ ਜੇ ਬੋਲਣ ਡਿਆ ਪਿਆ ਤਾਂ ਫਿਰ ਕੋਈ ਨਾ ਕੋਈ ਕਾਰਾ ਕਰਦੇ ਅਤੇ ਫਿਰ ਲੜਾਈ ਪੈ ਜੇ, ਪਰ 9 ਦਿਨ ਹੋ ਗਏ ਆ ਕੋਈ ਲੜਾਈ ਕੋਈ ਝਗੜਾ ਨਹੀਂ ਆ, ਐ ਸ਼ਾਂਤੀ ਫੈਲੀ ਆ। ਚੱਲ ਵਧੀਆ ਵਾ, ਘਰ 'ਚ ਹੁਣ ਕੋਈ ਹੈ ਤਾਂ ਨਹੀਂ, ਕੋਈ ਤਕਲੇਸ਼ ਹੈ ਤਾਂ ਸਾਰੇ ਹੁਣ ਵਧੀਆ ਹੀ ਆ ਨਾ? ਆਹੋ ਹੈ ਤਾਂ ਸਹੀ ਹੈ, ਤੇ ਪਰ ਉਹ ਤੇ ਤਰਸ ਹੁੰਦਾ ਵਿਚਾਰੇ ਤੇ, ਐਵੇਂ ਇੱਦਾਂ ਹੀ ਤੁਰਿਆ ਫਿਰਦਾ ਵਾ ਇਕੱਲਾ ਜਿਹਾ, ਤੇ ਨਾ ਉਹਨੂੰ ਵਿਚਾਰੇ ਨੂੰ ਰੋਟੀ ਉਹਨੇ ਮੰਗਣੀ ਉਹਦੇ ਕੋਲ, ਤੇ ਨਾ ਕੁਛ, ਤੇ ਮੈਂ ਰੋਟੀ ਫੜਾਦਾ ਫੜਾਦਾ, ਜੇ ਮੈਂ ਨਾ ਅੱਗੇ ਪਿੱਛੇ ਲਾਗੇ ਹੋਵਾਂ ਜਾਂ ਇੱਧਰ ਉੱਧਰ ਕੰਮ ਕਰਨ ਦੀ ਹੋਵਾਂ ਤੇ ਫਿਰ ਆਪੇ ਰਸੋਈ 'ਚ ਟੱਕਰਾਂ ਮਾਰਦਾ ਰਹਿੰਦਾ ਹੈ। ਹਾਂ ਵੇਖ ਲਾ ਕਿੰਨੀ ਲੰਬੀ ਉਮਰ ਇਹਨਾਂ ਦੀ, ਹੁਣੇ ਯਾਦ ਕਰਨ ਡਈਆਂ ਸੀ ਤੇ ਆਵੇ ਫੋਨ ਆ ਗਿਆ ਜੀ ਇਹਨਾਂ ਦਾ। ਹੈਲੋ, ਸਤਿ ਸ਼੍ਰੀ ਅਕਾਲ ਸਰਦਾਰ ਜੀ। ਸਤਿ ਸ਼੍ਰੀ ਅਕਾਲ ਜੀ, ਹੋਰ ਕੀ ਹਾਲ ਚਾਲ ਨੇ? ਵਧੀਆ ਠੀਕ ਠਾਕ, ਤੁਸੀਂ ਸੁਣਾਓ? ਮੈਂ ਕੀ ਸੁਣਾਉਣੀ ਆ, ਮੈਂ ਆ ਜਾਣ ਲੱਗਾ ਵਾਂ ਘਰ। ਮਿਲ ਗਈ ਛੁੱਟੀ? ਮਿਲ ਗਈ ਆ। ਠੀਕ ਆ, ਆ ਜਾਓ ਬਾਬਾ, ਹੁਣ ਤਾਂ ਨਹੀਂ ਤੁਹਾਨੂੰ ਕੋਈ ਰੋਕਣ ਵਾਲਾ। ਗਿਫਟ ਚਲੋ ਵਧੀਆ ਗੱਲ ਆ। ਸੋਨੂ ਵੀਰ ਦਾ ਫੋਨ ਆਈ ਜਾਣ ਡਿਆ ਵਾ,
ਉਹਨਾਂ ਨੂੰ ਕੋਈ ਕੰਮ ਹੀ ਨਾ ਹੋਵੇ। ਪਤਾ ਨਹੀਂ ਕੋਈ ਗੱਲ ਨਹੀਂ, ਬੰਬੀ ਤੇ ਗਏ ਠੀਕ ਆ। ਚਲੋ ਠੀਕ ਆ, ਕੋਈ ਨੀ ਫਿਰ ਮੈਂ ਤੁਹਾਨੂੰ ਦੁਬਾਰਾ ਫੋਨ ਕਰਦੀ, ਮੈਂ ਵੇਖ ਲਾ ਬੰਬੀ ਤੇ ਗਏ ਕੋਈ ਕੰਮ ਨਾ ਹੋਵੇ ਉਹਨਾਂ ਨੂੰ। ਚੰਗਾ। ਹੈਲੋ ਸੰਦੀਪ ਜੀ, ਇੱਥੇ ਆ? ਹਾਂਜੀ ਵੀਰ ਜੀ, ਇੱਥੇ ਹੀ ਆ। ਠੀਕ ਆ, ਕੋਈ ਨੀ ਮੈਂ ਹੁਣੇ ਭੇਜ ਦਿੰਦੀ। ਜੀ ਤਾਂ ਜਾ ਫਿਰ ਤੂੰ ਫੜਾ ਆ ਰੋਟੀ ਸੋਨੂ ਵੀਰ ਹੋਣਾ ਨੂੰ, ਵਿਚਾਰੇ ਖਪੇ ਤਪੇ ਆਏ ਆ ਬੰਬੀ ਤੋਂ। ਚੱਲ ਕੋਈ ਨੀ, ਮੈਂ ਜਾਂਦੀ ਹਾਂ ਅਤੇ ਮੈਂ ਵਿਹਲੀ ਵੁਹਲੀ ਹੋ ਗਏ ਨਾ ਅਤੇ ਫਿਰ ਆ ਜਾਂਦੀ ਹਾਂ, ਜੇ ਕੋਈ ਕੰਮ ਹੋਏਗਾ ਤਾਂ ਫਿਰ ਮੈਂ ਆ ਕੇ ਤਾਂ ਕਰ ਦਾਂਗੀ। ਠੀਕ ਆ। ਆ ਤੇਲ ਮੈਂ ਲੈ ਜਾ ਅੰਦਰ? ਨਹੀਂ ਨਹੀਂ, ਇੱਥੇ ਰੱਖਦੇ, ਮੈਂ ਨਾ ਸਿਰ ਦੇ ਵਿੱਚ ਵੀ ਮਾਲਿਸ਼ ਕਰਨੀ, ਮੈਂ ਘੜੀ ਲੰਮੇ ਪੈਣਾ ਪਈਆਂ। ਠੀਕ ਹੈ, ਜੇ ਹੋਏਗੀ ਤਾਂ ਕਰਾਂ, ਨਹੀਂ ਤਾਂ ਫਿਰ ਮੈਂ ਆਣ ਕੇ ਆਪੇ ਕਰ ਦਾਂਗੀ। ਨਹੀਂ ਕੋਈ ਨਹੀਂ, ਦਾਲੂ 'ਚ ਕਰ ਲਈ ਦੀ ਮਾਲਿਸ਼। ਚੱਲ ਚੰਗਾ। ਕਿੰਨਾ ਟਾਈਮ ਲਾਤਾ ਤੂੰ? ਬਸ ਆ ਗਈ, ਰੋਟੀ ਖੜੋ, ਮੈਂ ਦਵਾਈ ਖਵਾਉਂਦੀ। ਗਲਾ ਹੀ ਬੜਾ ਸੁੱਕਣ ਡਿਆ ਵਾ, ਉੱਠ ਕੇ ਘੁੱਟ ਪਾਣੀ ਦਾ ਪੀ ਗਿਆ ਵਾ। ਹਾਏ ਸੰਦੀਪ, ਕੀ ਹੋਇਆ ਆ? ਸੰਦੀਪ ਹਾਏ, ਕੀ ਹੋ ਗਿਆ ਤੈਨੂੰ? ਕੀ ਕਰਦਾ ਵੀ ਤੂੰ? ਉੱਠ। ਹਾਏ ਮੇਰੇ ਕੋ ਵੀ ਠਾਲੀ ਜਾਣ ਡਈ, ਹਾਏ ਮੈਂ ਮਰ ਗਈ, ਮੈਂ ਤਾਂ ਅੱਗੇ ਬੜੀ ਡਰੀ ਇਹਨਾਂ ਕੰਮਾਂ ਤੋਂ। ਠੀਕ ਵਾ? ਹਾਏ ਕਿੱਦਾਂ ਡਿੱਗ ਪਈ ਆ? ਹਾਏ ਮੈਂ ਸੋਨੂੰ ਨੀ ਫੋਨ ਲਾਵਾਂ। ਹਾਏ ਪੱਛੀ ਲੱਗਣਾ, ਮੈਨੂੰ ਨੰਬਰ ਵੀ ਨਹੀਂ ਲੱਭਣ ਡਿਆ ਸੋਨੂੰ ਦਾ। ਹੈਲੋ ਸੋਨੂੰ, ਸੋਨੂੰ ਛੇਤੀ ਆਈ, ਸੰਦੀਪ ਡਿੱਗ ਪਈ ਓ, ਛੇਤੀ ਕਰਨ ਛੇਤੀ। ਕੀ ਸੰਦੀਪ ਡਿੱਗ ਪਈ? ਕੀ ਹੋਇਆ? ਕੁਛ ਨੀ, ਸੁੱਜਣ ਉੜਨ ਡਿਆ। ਹਾਏ ਉੱਠ ਮੇਰੀ ਧੀ, ਮੈਨੂੰ ਨੀ ਕੁਛ ਪਤਾ ਲੱਗਣ ਡਿਆ ਸੰਦੀਪ। ਹਾਏ ਕੀ ਭਾਣਾ ਵਰਤ ਗਿਆ। ਹਾਏ ਮਨਾ, ਮੈਂ ਉੱਧਰ ਜਾਵਾਂ ਕਿ ਨਾ ਜਾਵਾਂ? ਜੇ ਮੈਂ ਉੱਧਰ ਚੱਲ ਗਈ ਨਾ ਤਾਂ ਸਾਰਿਆਂ ਨੇ ਮੇਰੇ ਵੱਲ ਵੇਖ ਕੇ ਕਹਿਣਾ ਵਾ ਕਿ ਤੂੰ ਹੀ ਉਹਨੂੰ ਬਦਸੀਸ ਦਿੱਤੀ ਸੀ, ਤਾਂ ਹੀ ਸੰਦੀਪ ਡਿੱਗ ਗਈ ਆ। ਅਤੇ ਇਹ ਨਾ ਹੋਵੇ ਕਿ ਵਿੱਕੀ ਮੈਨੂੰ ਉੱਥੇ ਤਪਲਾ ਦੇਣ। ਪਰ ਨਹੀਂ, ਜੇ ਤੂੰ ਨਾਨਾ ਗਈ ਤਾਂ ਸਾਰੀ ਉਮਰ ਨਾ ਤੂੰ ਕਿਸੇ ਜੀ ਨੂੰ ਪਿਆਰ ਨਹੀਂ ਕਰ ਸਕਦੀ, ਕਿਸੇ ਨੂੰ ਕਵਾ ਨਹੀਂ ਸਕਦੀ, ਕਿਉਂਕਿ ਸਾਰਿਆਂ ਦੇ ਮਨਾਂ ਵਿੱਚ ਨਾ ਮੇਰੇ ਪ੍ਰਤੀ ਨਫ਼ਰਤ ਆ ਜਾਣੀ ਆ ਕਿ ਇਹਨੂੰ ਕਿਸੇ ਦਾ ਹੈ ਹੀ ਨਹੀਂ ਦੁੱਖ। ਨਹੀਂ ਮਨਾ, ਤੂੰ ਇੱਥੇ ਬੈਠ ਆ ਅਤੇ ਜ਼ਿਆਦਾ ਨਾ ਹੀ ਸੋਚ, ਤੈਨੂੰ ਉੱਥੇ ਜਾਣਾ ਚਾਹੀਦਾ ਵਾ। ਜੇ ਹੁਣ ਨਾਣਾ ਮੈਂ ਗਈ ਤਾਂ ਸਾਰੀ ਉਮਰ ਤੈਨੂੰ ਇਹਨਾਂ ਨੇ ਨਫ਼ਰਤ ਕਰਨੀ ਆ, ਇਹਨਾਂ ਸਾਰਿਆਂ ਨੇ ਕਹਿਣਾ ਕਿ ਇਹਨੂੰ ਕਿਸੇ ਦਾ ਦੁੱਖ ਹੀ ਨਹੀਂ ਹੈਗਾ। ਇੰਨੇ ਵੀ ਕਠੋਰ ਦਿਲ ਨਾ ਬਣ, ਤੇਰੇ ਆਪਣੇ ਜੀ ਹੀ ਆ।
ਡਰ ਤਾਂ ਮੈਨੂੰ ਇਸ ਗੱਲ ਦਾ ਆਉਂਦਾ ਕਿ ਵਿੱਕੀ ਨਾ ਮੈਨੂੰ ਕੁਛ ਕਹਿਣ, ਪਰ ਨਹੀਂ, ਵਿੱਕੀ ਤੈਨੂੰ ਮਾਰ ਤਾਂ ਨਹੀਂ ਦੇਣ ਲੱਗੇ।